ਜਿਹੜੀ ਆਰਟੀਫਿਸ਼ਲ ਲੈਗ ਹੁੰਦੀ ਆ ਤੁਸੀਂ ਉਹ ਕਿਉਂ ਨਹੀਂ ਲਗਵਾਉਂਦੇ ਹੈਗੇ। 4 ਸਾਲ ਦੀ ਏਸੀ ਜਦੋਂ ਐਕਸੀਡੈਂਟ ਹੋਇਆ ਸੀ, ਸਿਰਫ ਇੱਕ ਲੈਗ ਨਹੀਂ ਆ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਕਿਸੇ ਕੋਈ ਕੰਮ ਆੜ ਰਿਹਾ ਵਾ। ਮੈਂ ਸ਼ਿਪੀ ਦੇ ਨਾਲ ਬਿਲਕੁਲ ਐਗਰੀ ਕਰਦੀ ਹਾਂ ਇਸ ਚੀਜ਼ ਦੇ ਨਾਲ, ਤੇ ਨਾਲ ਮੈਂ ਹੈਪੀ ਵੀ ਇਸ ਚੀਜ਼ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ। ਕੱਲ੍ਹ ਅਸੀਂ ਬਿਨਾਂ ਦੱਸੇ ਲਾਈਵ ਆਏ ਤੇ ਇੱਕ ਭਾਈ ਜੀ ਨੇ, ਉਹ ਉਰਦੂ ਲੈਂਗੁਏਜ ਦੇ ਵਿੱਚ ਹੀ ਸ਼ਾਇਦ ਮੈਨੂੰ ਲੱਗਦਾ ਉਹ ਲਿਖਦੇ ਨੇ, ਤੇ ਅਸੀਂ ਇਹਨੂੰ ਸੀ ਕਰਨ ਵਾਸਤੇ ਮਤਲਬ ਉਹਨੂੰ ਹੀ ਦੇਖਣ ਵਾਸਤੇ ਪੰਜਾਬੀ 'ਚ ਆਉਂਦੀ ਨਾ ਵੀ ਆਪਸ਼ਨ, ਹਨਾ, ਉਹਨਾਂ ਨੇ ਲਿਖਿਆ ਸੀ ਅੱਜ ਤੁਸੀਂ ਪੜ੍ਹੇਗੇ ਵੀ ਉਹ ਪਿਛਲੀ ਵਾਰੀ ਅਸੀਂ ਨਾ ਲੇਟ ਪਾਈ ਸੀ ਨਾ, ਉਹ ਕਹਿੰਦੇ ਤੁਸੀਂ 10 ਕਿੰਨ ਲਾਈਵ ਆਏ ਤੇ ਅੱਜ ਕੱਲ੍ਹ ਉਹਨਾਂ ਨੇ ਲਾਈਵ ਸਾਡਾ ਵੇਖ ਲਿਆ ਹੋਣਾ ਨਾ, ਤੇ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਅੱਜ ਤੁਸੀਂ ਪੜ੍ਹੇ ਗਏ, ਅੱਜ ਮਤਲਬ ਮੈਂ ਲਾਈਵ 'ਚ ਪਹੁੰਚ ਗਿਆ ਵਾ, ਹਨਾ। ਤੇ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਇੰਨਾ ਪਿਆਰ ਦਿੰਦੇ ਹੋ ਸਾਨੂੰ, ਤੇ ਅੱਜ ਅਸੀਂ ਮਾਰਨਿੰਗ ਤੋਂ ਸ਼ੁਰੂਆਤ ਕਰ ਰਹੇ ਹਾਂ। ਰਾਤੀ ਮੈਂ ਦਾਲ ਬਣਾਈ ਸੀ ਮਸਰਾਂ ਦੀ, ਮੈਂ ਆਪਣੀ ਮੈਂ ਰੋਟੀ ਖਾਧੀ, ਸ਼ਿਪੀ ਨੇ ਖਾਧੀ ਨਹੀਂ, ਤੇ ਦਾਲ ਪਈ ਸੀ ਤੇ ਮੈਂ ਕਿਹਾ ਮੈਂ ਅੱਜ ਦਾਲ ਵਾਲੇ ਪਰੌਂਠੇ ਬਣਾ ਲੈਂਦੀ ਹਾਂ। ਵਾਹ ਜੀ ਵਾਹ, ਇਹ ਮੇਰੇ ਫੇਵਰਿਟ ਨੇ ਦਾਲ ਵਾਲੇ ਪਰੌਂਠੇ। ਇਹ ਫੇਵਰਿਟ ਕਿਉਂਕਿ ਬੜੇ ਨਾ ਉਹ ਸੌਫਟ ਬਹੁਤ ਹੁੰਦੇ ਨੇ, ਟੇਸਟੀ ਬੜੇ ਲੱਗਦੇ ਨੇ ਦਾਲ ਵਾਲੇ ਪਰੌਂਠੇ। ਦਾਲ ਬਚੀ ਹੈ ਕੁਝ ਮਿੰਟ, ਥੋੜੀ ਜਿਹੀ ਲੈ ਲਾਂਗਾ ਮੈਂ। ਪਰੌਂਠਿਆਂ ਦੇ ਨਾਲ ਲਾਇਆ ਗਿਰਨ ਦੇ ਦੇਸੀ ਘਿਓ, ਹਾਏ 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 ਹਾਏ। ਅੱਗੇ ਇੱਕ ਵਾਰੀ ਰੀਲ ਬਣਾਈ ਸੀ ਯਾਦ ਆ, ਮੈਂ ਪਿੰਡ ਗਏ ਹਾਂ ਉਦੋਂ, ਮੈਨੂੰ ਲੱਗਦਾ ਉਦੋਂ ਹੀ ਪਿੰਡ ਗਏ ਹਾਂ ਅਪ੍ਰੈਲ ਮਹੀਨੇ 'ਚ, ਉਦੋਂ ਰੀਲ ਬਣਾਈ ਸੀ ਇੱਕ ਮੈਂ ਉਹ ਵਾਲੇ ਲੱਛੇ ਪਰਾਂਠੇ ਪਨੀਰ ਵਾਲੇ, ਅਸੀਂ ਸਿੰਪਲ ਬਣਾਉਂਦੇ ਹਾਂ ਅਸੀਂ ਜ਼ਿਆਦਾ ਉਹ ਨਹੀਂ ਕਰਦੇ, ਹੈ ਨਾ। ਅਤੇ ਮੈਂ ਦੇਸੀ ਘਿਓ ਲਾ ਰਹੀ ਸੀ ਅਤੇ ਮੈਂ ਵਿੱਚ ਬੋਲਿਆ ਵੀ ਉਹ ਰੀਲ ਦੇ ਵਿੱਚ ਵੀ ਦੇਸੀ ਘਿਓ ਲਾ ਰਹੀ ਹੈ, ਅਤੇ ਉਹ ਕਿਸੇ ਨੇ ਕਈਆਂ ਨੇ ਕਮੈਂਟ ਕੀਤੇ ਸੀ ਦੇਸੀ ਘਿਓ ਕੌਣ ਲਾਉਂਦਾ ਵਾ, ਅਤੇ ਫਿਰ ਉਹਨਾਂ ਨੇ ਥੱਲੇ ਆਂਸਰ ਵੀ ਕਈਆਂ ਨੇ ਦਿੱਤੇ, ਅਸੀਂ ਪਿੰਡਾਂ ਵਾਲੇ ਲਾਉਂਦੇ ਹਾਂ ਦੇਸੀ ਘਿਓ। ਪਿੰਡਾਂ ਵਾਲਿਆਂ ਨੂੰ ਇੱਕ ਦੇਸੀ ਘਿਓ ਦੀ ਬਾਹਲੀ ਆਉਂਦੀ ਹੈ ਨਾ। ਹਾਂ ਅਸੀਂ ਤਾਂ ਦੇਸੀ ਘਿਓ ਹੀ ਵਰਤਦੇ ਹਾਂ। ਚਲੋ ਗੁਰੂ ਜੀ, ਉਸਤਾਦ ਜੀ, ਤੁਸੀਂ ਲਾ ਦੇਣਾ ਦੇਸੀ ਘਿਓ, ਹੁਣ ਮੈਂ ਆਇਆ, ਮੈਂ ਐਡੀਟਿੰਗ ਕਰਾਂ, ਤੁਸੀਂ ਲਿਆਓ, ਬੈਠ ਕੇ ਫਿਰ ਖਾਂਦੇ ਹਾਂ। ਕਿਵੇਂ ਬੈਠੇ ਆ ਅੱਜ ਤਾਂ ਸ਼ਿਪੀ ਨੂੰ ਕੋਈ ਕੰਮ ਨਹੀਂ ਕਹਿ ਸਕਦਾ ਗਲਤੀ ਨਾਲ ਵੀ। ਅੱਜ ਮੈਨੂੰ ਮੈਂ ਫੋਨ ਵੀ ਆਪਣਾ ਸਵਿਚ ਆਫ ਕਰ ਰੱਖਿਆ ਇੱਕ। ਕਿਵੇਂ ਮੈਚ ਲਾ ਕੇ ਬੈਠੇ ਸਾਹਮਣੇ ਵੀ ਮੈਂ ਮੈਚ ਵੇਖ ਰਿਹਾ, ਮੈਂ ਕੰਮ ਕੁੰਮ, ਮੈਂ ਪਾਲਕ ਮੇਥੀ ਵੇਖੋ ਹਜੇ ਰਸੋਈ 'ਚ ਖਲਾਰਾ ਪਾਇਆ, ਫਰਿੱਜ ਸਾਫ਼ ਕਰਨੀ, ਰੋਟੀ ਲਾ ਰਹੀ ਸੀ। ਹਾਂਜੀ ਅੱਜ ਮੈਂ ਬਣਾਇਆ ਪਾਲਕ ਪਨੀਰ। ਹਾਏ 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 ਕਿਰਨ, ਸਵਾਦ। ਇੱਕ ਤਾਂ ਇੰਡੀਆ ਦਾ ਸੈਮੀਫਾਈਨਲ, ਉੱਤਰ ਰੋਹਿਤ ਸ਼ਰਮਾ ਦੀ ਬੈਟਿੰਗ, ਤੀਜੇ ਨੰਬਰ ਤੇ ਆਇਆ ਹੋਇਆ ਪਾਲਕ ਦੀ ਏਡੀ ਸਵਾਦ ਸਬਜ਼ੀ ਨਾਲ ਪਰੌਂਠੇ, ਮਤਲਬ ਰੋਟੀਆਂ, ਮਤਲਬ ਰੋਟੀ ਨਾਲ ਮੂਲੀ ਮੂਲੀ, ਕਿਆ ਇਹ ਕੰਬੀਨੇਸ਼ਨ ਹੀ ਡਿਫਰੈਂਟ ਹੈ। ਪਰ ਦੋਸਤੋ ਅੱਜ ਮੈਚ ਦੇਖੋ, ਮੈਚ ਮੈਂ ਤਾਂ ਫੋਨ ਹੀ ਇੱਕ ਸਾਈਡ ਤੇ ਰੱਖ ਰਿਹਾ, ਅੱਜ ਕੋਈ ਕੰਮ ਨਹੀਂ ਕਰਨਾ, ਪਰਨਾ ਵੀ ਨਹੀਂ ਬੰਨਿਆ, ਸਵਾਰ ਗਿਆ ਲੇਟਾ ਜਿਹਾ ਮਾਰ ਕੇ ਬੈਠੇ ਹਾਂ, ਰਿਕਲਾਈਨ ਦਾ ਸੋਫੇ ਤੇ ਐਵੇਂ ਆਉਣ ਨਾਲ। ਸਹੀ ਗੱਲ ਆ, ਚਲੋ ਖਾਓ। ਸਾਗ ਖਾਣ ਦਾ ਬਹੁਤ ਮਨ ਕਰ ਰਿਹਾ ਸੀ, ਉਦਣ ਸ਼ਿਪੀ ਦਾ ਵੀ ਮਨ ਕਰ ਰਿਹਾ ਸੀ ਕਿਉਂਕਿ ਉਦਣ ਅਸੀਂ ਬਾਹਰ ਗਏ ਸੀ ਅਤੇ ਸਾਨੂੰ ਮਿਲਿਆ ਨਹੀਂ ਸੀ ਸਾਗ, ਅਤੇ ਅੱਜ ਮੈਂ ਫਿਰ ਪਾਲਕ ਹੀ ਲੈ ਆਈ ਵੀ ਜਲਦੀ ਜਲਦੀ ਪਾਲਕ ਬਣ ਜੂਗੀ, ਅਤੇ ਮੈਂ ਪਾਲਕ ਪਨੀਰ ਬਣਾਇਆ, ਮੈਂ ਰੋਟੀ ਲਾ ਰਹੀ ਹਾਂ, ਅਤੇ ਆਹ ਮੈਂ ਅਜੇ ਖਲਾਰਾ ਪਾਇਆ ਜਿਹੜਾ ਸਮਾਨ ਬਾਹਰੋਂ ਲੈ ਕੇ ਆਈ, ਬਰੋਕਲੀ ਮੂਲੀ ਕੇਲੇ ਵਗੈਰਾ, ਮੈਂ ਤਾਂ ਹੀ ਸਮਾਨ ਵਿੱਚ ਰੱਖਿਆ ਕਿਉਂਕਿ ਮੈਂ ਫਰਿੱਜ ਨੂੰ ਸਾਫ਼ ਕਰਨਾ ਵਾ, ਅਤੇ ਰੋਟੀ ਰੋਟੀ ਖਾ ਕੇ ਫਰਿੱਜ ਸਾਫ਼ ਕਰਦੇ ਹਾਂ, ਨਾਲ ਨਾਲ ਮੈਚ ਦੇਖਦੇ ਹਾਂ। ਅੱਜ ਦਾ ਦਿਨ ਬੜਾ ਬੜਾ ਹੀ ਵਧੀਆ ਵਾ, ਬਸ ਇੰਡੀਆ ਜਿੱਤਣਾ ਚਾਹੀਦਾ ਹਨਾ ਸ਼ਿਪੀ, ਇੰਡੀਆ ਜਿੱਤਣਾ ਚਾਹੀਦਾ, ਬਸ ਅਰਦਾਸ ਕਰਦਾ ਰੱਬ ਨੂੰ ਬਹੁਤ ਇੰਡੀਆ ਜਿਤਾ ਦੋ ਅੱਜ। ਚਲੋ ਖਾਓ। ਵਰਲਡ ਰਿਕਾਰਡ ਜੀ, ਵਰਲਡ ਰਿਕਾਰਡ ਕੋਹਲੀ ਦਾ। ਉਹ ਸਲਾਮ ਕਰ ਰਿਹਾ ਸਚਿਨ ਨੂੰ, ਸਚਿਨ ਨੂੰ ਟ੍ਰਿਬਿਊਟ ਕਰ ਰਿਹਾ, ਰਿਸਪੈਕਟ ਕਰ ਰਿਹਾ ਪੂਰੀ। ਵਰਲਡ ਰਿਕਾਰਡ ਮੁੰਡੇ ਦਾ, ਇਹਦਾ ਰਿਕਾਰਡ ਨਹੀਂ ਹੁਣ ਕੋਈ ਤੋੜ ਸਕਦਾ, 20 ਸਾਲ ਬਾਅਦ ਇਹਦਾ ਰਿਕਾਰਡ ਟੁੱਟਿਆ। ਪਹਿਲਾਂ ਤਾਂ 20 ਸਾਲ ਬਾਅਦ ਇਹਨੇ ਉਹਦਾ ਰਿਕਾਰਡ ਤੋੜਿਆ, ਸਚਿਨ ਦਾ ਪਹਿਲਾਂ, ਜਿਹੜਾ ਵਰਲਡ ਕੱਪ ਦੇ ਵਿੱਚ ਸਭ ਤੋਂ ਜ਼ਿਆਦਾ ਸਕੋਰ ਨਹੀਂ ਹੁੰਦੇ, ਵਰਲਡ ਕੱਪ 'ਚ ਕੌਣ ਸਭ ਤੋਂ ਜ਼ਿਆਦਾ ਸਕੋਰ ਬਣਾ ਜਾਂਦਾ ਇੱਕ ਵਰਲਡ ਕੱਪ 'ਚ, ਤਾਂ ਇਹਨੇ ਉਹ ਹੁਣ ਹੀ ਤੋੜਿਆ, ਅੱਜ ਹੀ ਤੋੜਿਆ ਉਹ ਵੀ, ਅਤੇ ਇਹ ਵੀ ਸੈਂਚਰੀ ਵਾਲਾ ਵੀ ਤੋੜਤਾ। ਇੰਡੀਆ ਜਿੱਤ ਗਈ ਮੈਚ, ਆਏ ਹਾਏ 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 ਨਜ਼ਾਰੇ ਆ ਗਏ ਬਾਈ। ਕੱਲ੍ਹ ਸ਼ਮੀ ਨੇ, ਮੁਹੰਮਦ ਸ਼ਮੀ ਨੇ ਜਿਹੜੀਆਂ 7 ਵਿਕਟਾਂ ਲੈ ਲਈਆਂ ਨਾ, ਇਹ ਇੱਕ ਤਾਂ ਵਰਲਡ ਰਿਕਾਰਡ ਬਣਾਤਾ ਇੰਡੀਆ ਦੀ ਟੀਮ ਵਿੱਚ, ਇੰਡੀਅਨ ਟੀਮ ਦਾ ਰਿਕਾਰਡ ਹੈ ਵੀ ਇੰਡੀਆ ਦੇ ਕੋਈ ਐਸਾ ਬੋਲਰ ਜਿਹਨੇ 7 ਵਿਕਟਾਂ ਲਿੱਤੀਆਂ ਨੇ, ਕਮਾਲ ਕਰਤੀ ਹਨਾ, ਕਮਾਲ। ਇੱਕ ਵਾਰ ਤਾਂ ਫਿਰ ਡਰ ਗਏ ਸੀ ਹਨਾ, ਜਦੋਂ 20ਵੇਂ ਓਵਰ ਤੋਂ ਬਾਅਦ ਅਤੇ 30ਵੇਂ ਓਵਰ ਦੇ ਵਿੱਚ ਵਿੱਚ ਕੇਨ ਵਿਲੀਅਮਸਨ ਅਤੇ ਆਪਣਾ ਉਹ ਜਿਹੜਾ ਮਿਚੇਲ ਸੀ ਉਹ ਆਊਟ ਨਹੀਂ ਹੋ ਰਹੇ ਸੀ, ਬਈ ਇੱਕ ਵਾਰ ਤਾਂ ਲੱਗਣ ਲੱਗ ਗਿਆ ਸੀ ਮੈਨੂੰ, ਮੈਂ ਕਿਹਾ ਲੈ ਜਾਣਗੇ, ਪਰ ਉਹ ਇੱਕ ਐਸੀ ਚਮਤਕਾਰੀ ਘੜੀ ਆਈ ਜਦੋਂ ਵਿਲੀਅਮਸਨ ਦੀ ਵਿਕਟ ਉੱਡੀ
ਤੇ ਬਾਕੀ ਕਈ ਮੇਰੇ ਵੀਰ ਭੈਣ ਨਹੀਂ ਦੇਖਦੇ ਹੋਣਗੇ ਮੈਚ, ਪਰ ਇਹ ਮੈਚ ਦੀਆਂ ਗੱਲਾਂ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਵਾਸਤੇ ਆ ਮੈਚ ਦੇਖਣਾ ਕੀ ਚੀਜ਼ ਹੁੰਦੀ ਹੈ ਕਿ ਨਹੀਂ। ਬਿਲਕੁਲ ਸਹੀ ਗੱਲ ਆ, ਮੈਂ ਵੀ ਨਹੀਂ ਪਹਿਲਾਂ ਵੇਖਦੀ ਹੁੰਦੀ, ਮੈਨੂੰ ਸ਼ਿਪੀ ਨੇ ਵੇਖਣ ਲਾਤਾ, ਬੜਾ ਇੰਟਰਸਟਿੰਗ ਮੈਚ ਹੁੰਦਾ ਵਾ। ਪਰ ਜਿਹੜਾ ਕੱਲ ਵਾਲਾ ਮੈਚ ਸੀ ਉਹ ਬਹੁਤ ਇੰਟਰਸਟਿੰਗ ਸੀ। ਮੇਰੀ ਆਵਾਜ਼ ਥੋੜੀ ਜਿਹੀ ਤੁਹਾਨੂੰ ਲੱਗੇ, ਮੈਨੂੰ ਥੋੜਾ ਜਿਹਾ ਕੋਲਡ ਹੋਇਆ, ਜ਼ੁਕਾਮ ਲੱਗ ਗਿਆ ਕਿਰਨ ਨੂੰ। ਕੋਈ ਗੱਲ ਨਹੀਂ ਧੀਏ, ਜ਼ੁਕਾਮ ਵੀ ਠੀਕ ਹੋ ਜਾਂਦਾ ਹੁੰਦਾ। ਸਹੀ ਗੱਲ ਆ। ਨੀਦਰਲੈਂਡ ਤੋਂ, ਤੇ ਬਾਕੀ ਪਤਾ ਨੀ ਮੈਂ ਅੱਜ। ਜਦੋਂ ਦਾ ਇੰਡੀਆ ਆਪਣਾ ਆਸਟ੍ਰੇਲੀਆ ਪਹਿਲੇ ਦੋ ਮੈਚ ਹਾਰ ਗਿਆ ਸੀ, ਉਸ ਤੋਂ ਬਾਅਦ ਬਹੁਤ ਸੁਪਰ ਡੁਪਰ ਕਮਬੈਕ ਕੀਤਾ ਉਹਨੇ। ਔਰ ਪਿਛਲੇ ਮੈਚ ਦੇ ਵਿੱਚ ਜਿਹੜਾ ਆਸਟ੍ਰੇਲੀਆ ਦਾ ਮੈਚ ਹੋਇਆ ਸਾਊਥ ਉਹਦੇ ਨਾਲ ਆਪਣਾ ਅਫਗਾਨਿਸਤਾਨ ਦੇ ਨਾਲ, 90 ਦੇ ਮੇਰੇ ਖਿਆਲ 7 ਉੱਡੇ ਹੋਏ ਸੀ। ਅਤੇ ਉਸ ਤੋਂ ਬਾਅਦ ਜਿਹੜਾ ਮੈਕਸਵੈਲ ਨੇ ਜਿਹੜੀ ਪਾਰੀ ਖੇਡੀ ਹੈ ਉਹਦੀ ਬਿਲਕੁਲ ਉਹਦੀ ਉਹ ਪੇਨ ਵੀ ਹੋ ਰਹੀ ਸੀ, ਉਹਨੂੰ ਕ੍ਰੈਂਪਸ ਵਗੈਰਾ ਆ ਚੁੱਕੇ ਸੀ, ਤਾਂ ਵੀ 201 ਰਨ ਬਣਾ ਗਿਆ। ਤੋ ਅੱਜ ਮੈਨੂੰ ਲੱਗਦਾ ਕਿ ਸਾਊਥ ਅਫਰੀਕਾ ਵਰਸਿਜ਼ ਆਸਟ੍ਰੇਲੀਆ ਦਾ ਬੜਾ ਖਤਰਨਾਕ ਮੈਚ ਹੋਣਾ। ਸੋ ਅੱਜ ਮੈਂ ਉਹ ਵੀ ਮੈਚ ਦੇਖਾਂਗਾ, ਥੋੜ੍ਹੇ ਜਿਹੇ ਕੰਮ ਵੀ ਕਰਨੇ ਤਾਂ ਮੈਚ ਵੀ ਦੇਖਾਂਗੇ, ਪਰ ਇੰਨਾ ਮਜ਼ਾ ਨਹੀਂ ਆਏਗਾ ਜਿੰਨਾ ਕੱਲ ਆਇਆ। ਬਾਕੀ 19 ਤਰੀਕ ਨੂੰ ਫਾਈਨਲ ਹੈ, ਫਿਰ ਵੀ ਇੰਟਰਸਟਿੰਗ ਮੈਚ ਤਾਂ ਹੋਣਾ ਹੀ, ਕਿਉਂਕਿ ਜਿਹੜੀ ਵੀ ਟੀਮ ਜਿੱਤੀ ਉਹਦਾ ਇੰਡੀਆ ਨਾਲ ਫਾਈਨਲ ਹੋਣਾ, ਇੰਡੀਆ ਨਾਲ ਫਾਈਨਲ ਹੋਣਾ ਹੈ ਨਾ ਟਾਈ। ਹਾਂ ਸਹੀ ਗੱਲ, ਬਹੁਤ ਵਧੀਆ ਹੋਊਗਾ। ਕਾਫੀ ਇੰਸਟਾ ਤੇ ਮੈਸੇਜ ਵੀ ਕਰਦੇ ਨੇ ਔਰ ਕਮੈਂਟ ਵੀ ਕਰਦੇ ਹੋ ਕਿ ਮਤਲਬ ਭਾਈ ਜੀ ਤੁਸੀਂ ਆਪਣੇ ਜਿਹੜੀ ਆਰਟੀਫਿਸ਼ਲ ਲੈਗ ਹੁੰਦੀ ਆ ਤੁਸੀਂ ਉਹ ਕਿਉਂ ਨਹੀਂ ਲਗਵਾਉਂਦੇ ਹੈਗੇ। ਬੜੇ ਜਾਣੇ ਨੇ ਕਿਹਾ ਕਿ ਮਤਲਬ ਸਾਡੇ ਰਿਲੇਟਿਵ ਚ ਕਿਸੇ ਨੇ ਵੀ ਲਗਵਾਈ, ਬੜੀ ਕੰਫਰਟ ਆ ਇੱਦਾਂ ਹਨਾ ਉਹਦੇ ਨਾਲ, ਤਾਂ ਇਹ ਤੁਹਾਨੂੰ ਛਿੱਪੀ ਹੀ ਕਲੀਅਰ ਕਰਨਗੇ ਚੰਗੀ ਤਰ੍ਹਾਂ ਵੀ ਮੈਂ ਕਿਉਂ ਨਹੀਂ ਲਗਵਾਉਂਦਾ ਹੈਗਾ। ਵੈਸੇ ਤਾਂ ਮੈਂ ਪਹਿਲਾਂ ਇਹਦੇ ਬਾਰੇ ਗੱਲ ਕਰ ਚੁੱਕਾ, ਕਲੀਅਰ ਕਰ ਚੁੱਕਾ ਸੀ, ਕਾਫੀ ਪਿਛਲੇ ਸਾਲ ਵਲੋਗ ਬਣਾਏ ਸੀ ਉਹਦੇ ਵਿੱਚ ਦੱਸਿਆ ਸੀ। ਬਟ ਕਈ ਮੇਰੇ ਵੀਰ ਭੈਣ ਨਵੀਂ ਫੈਮਲੀ ਆਪਣੇ ਨਾਲ ਜੁੜੀ ਹੈ, ਕਿਉਂਕਿ ਉਸ ਟਾਈਮ ਤਾਂ ਬਹੁਤ ਘੱਟ ਛੋਟੀ ਫੈਮਲੀ ਸੀ ਆਪਣੀ, ਹੁਣ ਫੈਮਲੀ ਬਹੁਤ ਵੱਡੀ ਹੋ ਚੁੱਕੀ ਹੈ, ਤਾਂ ਕਈਆਂ ਨੂੰ ਨਹੀਂ ਪਤਾ ਹੋਣਾ ਵੀ ਮੈਂ ਆਰਟੀਫਿਸ਼ਲ ਲੈਗ ਕਿਉਂ ਨਹੀਂ ਲਗਾਉਂਦਾ। ਸੋ ਉਹ ਤਾਂ ਮੈਂ ਨਾ ਇੱਕ ਸਿੰਪਲ ਜਿਹਾ ਇਹਦਾ ਰੀਜ਼ਨ ਹੈ ਦੋਸਤੋ ਕਿ ਮੈਂ ਨਾ ਆਪਣੇ ਆਪ ਨੂੰ ਬੜਾ ਐਕਟਿਵ ਫੀਲ ਕਰਦਾ ਵਿਦਆਊਟ ਆਰਟੀਫਿਸ਼ਲ ਲੈਗ, ਕਿਉਂਕਿ ਭਾਵੇਂ ਹਰ ਤਰ੍ਹਾਂ ਦੀ ਟੈਕਨੋਲੋਜੀ ਆ ਚੁੱਕੀ ਹੈ, ਠੀਕ ਹੈ, ਹਰ ਟੈਕਨੋਲੋਜੀ ਆ ਚੁੱਕੀ ਹੈ, ਵਧੀਆ ਤੋਂ ਵਧੀਆ ਆਰਟੀਫਿਸ਼ਲ ਲਿਮਸ ਬਣਨ ਲੱਗ ਗਏ ਨੇ, ਬਟ ਫਿਰ ਵੀ ਉਹ ਨਾ ਕਿਤੇ ਇੱਕ ਡੈੱਡ ਆਈਟਮ ਹੁੰਦੀ ਹੈ, ਉਹ ਡੈੱਡ ਇੱਕ ਲੱਤ ਹੁੰਦੀ ਹੈ। ਜਦੋਂ ਮੈਂ ਉਹਨੂੰ ਆਪਣੀ ਬੋਡੀ ਦੇ ਨਾਲ ਅਟੈਚ ਕਰਾਂਗਾ ਤਾਂ ਮੈਨੂੰ ਉਹ ਤਾਂ ਮੈਨੂੰ ਸਹਾਰਾ ਤਾਂ ਦਊਗੀ, ਲੇਕਿਨ ਮੈਨੂੰ ਉਹਨੂੰ ਵੀ ਚੱਕ ਕੇ ਤੁਰਨਾ ਪੈਣਾ, ਠੀਕ ਹੈ, ਜੋ ਮੈਨੂੰ ਫੀਲਿੰਗ ਆ, ਕਿਉਂਕਿ ਮੈਂ ਪਹਿਲਾਂ ਲਾਈਆਂ ਸੀ ਬਚਪਨ 'ਚ ਲਗਾਈਆਂ ਸੀ, ਮੈਂ ਉਸ ਤੋਂ ਬਾਅਦ ਯੂਜ਼ ਨਹੀਂ ਕੀਤੀ। ਰੀਜ਼ਨ ਕੀ ਹੈ, ਇੱਕ ਮੈਂ ਵੈਸੇ ਹੀ ਟੈਂਪਰਰੀ ਬਣਵਾਈ ਸੀ, ਵੀ ਦੇਖਾਂ ਤਾਂ ਸੀ ਵੀ ਫਾਇਦਾ ਹੁੰਦਾ ਕਿ ਨਹੀਂ, ਕੋਈ ਫਾਇਦਾ ਨਹੀਂ। ਫਾਇਦਾ ਕੀ ਹੈ, ਠੀਕ ਹੈ, ਆਪਾਂ ਦਿਖਣੇ 'ਚ ਠੀਕ, ਥੋੜ੍ਹਾ ਲੁੱਕ ਠੀਕ ਲੱਗਦੀ ਹੈ ਅਤੇ ਥੋੜ੍ਹਾ ਬਹੁਤਾ ਆਪਾਂ ਤੁਰ ਲੈਂਦੇ ਹਾਂ ਉਹਦੇ ਨਾਲ, ਲੇਕਿਨ ਮੇਰੀ ਸਪੀਡ ਇੰਨੀ ਜ਼ਿਆਦਾ ਸਲੋ ਹੋ ਜਾਂਦੀ ਹੈ ਨਾ ਉਹਦੇ ਨਾਲੋਂ, ਮਤਲਬ ਸਮਝ ਲਓ ਜਿਹੜੀ ਜੇ ਮੈਂ ਸਮਝ ਲਓ ਮੰਨ ਲਓ ਕਿ ਮੈਂ 2 ਕਿਲੋਮੀਟਰ ਤੁਰਨਾ ਹੈ ਇਹ 10 ਮਿੰਟਾਂ 'ਚ, ਤਾਂ ਉਹਦੇ ਨਾਲ ਮਸਾਂ ਮੈਂ 300-400 ਮੀਟਰ ਤੁਰ ਪਾਊਂਗਾ, ਮਤਲਬ ਇੰਨੀ ਸਪੀਡ ਸਲੋ ਹੋ ਜਾਣੀ ਹੈ ਉਹਦੇ ਨਾਲ। ਅਤੇ ਕਿਉਂਕਿ ਮੈਂ ਇੱਕ ਡੈੱਡ ਆਈਟਮ ਆਪਣੇ ਨਾਲ ਬੋਡੀ ਦੇ ਨਾਲ ਚੱਕ ਕੇ ਤੁਰਿਆ ਫਿਰ ਰਿਹਾ, ਮੈਨੂੰ ਉਹਦਾ ਬੜਾ ਔਖਾ ਲੱਗਦਾ, ਕਿਉਂਕਿ ਹਰੇਕ ਬੰਦੇ ਨੂੰ ਪਤਾ ਹੁੰਦਾ ਉਸ ਚੀਜ਼ ਬਾਰੇ, ਕੋਈ ਹੋਰ ਬੰਦਾ ਸਿਰਫ ਸਲਾਹ ਦੇ ਸਕਦਾ ਉਹਦੀ ਬਾਰੇ, ਉਹ ਵੀ ਇੱਦਾਂ ਕਰ ਦਿਉ ਇੱਦਾਂ ਕਰ ਦਿਉ, ਪਰ ਜਿਸ ਤਨ ਲੱਗੇ ਸੋਈ ਜਾਣੇ ਹਨਾ, ਉਹ ਉਹਨੂੰ ਹੀ ਪਤਾ ਹੁੰਦਾ ਜਿਹਨੇ ਕਰਨਾ ਹੁੰਦਾ ਉਸ ਨਾਲ ਕਿਸ ਚੀਜ਼ 'ਚ ਕੰਫਰਟ ਹੈ। ਐਗਜੈਕਟਲੀ, ਹੁਣ ਮੈਂ ਮੰਨ ਲਓ ਤੁਰਨਾ ਹੁੰਦਾ, ਮੈਂ ਸਪੀਡ 'ਤੇ ਤੁਰਨਾ, ਮੈਂ ਉੱਠਿਆ ਨਿਕਲਿਆ ਉਹ ਗਿਆ, ਸਾਹਮਣੇ ਵਾਲਾ ਬੰਦਾ ਉਹਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦਾ, ਜਿਵੇਂ ਤਰਸ ਦੀ ਭਾਵ ਨਾਲ ਵੀ ਇਦਾਂ ਲਾ ਲੈਣੀ ਚਾਹੀਦੀ ਆ ਹਨਾ। ਇਹ ਬਿਲਕੁਲ ਬਿਲਕੁਲ, ਉਹ ਮੈਂ ਕਦੇ ਨਹੀਂ ਕਹਿੰਦਾ ਕਿ ਮੇਰੇ ਤੇ ਤਰਸ ਕਰੋ, ਪਹਿਲੀ ਗੱਲ ਤਾਂ ਤਰਸ ਤਾਂ ਵੀਰੇ ਕਦੇ ਵੀ ਨਹੀਂ ਕਰਨਾ ਚਾਹੀਦਾ, ਪਿਟੀ ਫੀਲ ਨਾ ਕਰੋ ਕਦੇ ਵੀ ਨਾ ਕਰੋ, ਬੜੇ ਹੁੰਦੇ ਨੇ ਜਿਹਨਾਂ ਦੀ ਕਿਸੇ ਤਰ੍ਹਾਂ ਦੀ ਹਨਾ ਦਿੱਕਤ ਆ ਗਈ ਹੁੰਦੀ, ਕਿਸੇ ਦੀ ਬਾਂਹ ਦੀ, ਕਿਸੇ ਦੀ ਲੱਤ ਦੀ, ਕਿਸੇ ਦੀ ਹੋਰ ਬੜੀ ਤਰ੍ਹਾਂ ਦੀ ਦੁਨੀਆਂ 'ਚ ਪ੍ਰੋਬਲਮਾਂ ਨੇ, ਪਰ ਕਦੇ ਤਰਸ ਨਾ ਕਰੋ, ਉਹਨਾਂ ਨੂੰ ਮੋਟੀਵੇਟ ਕਰੋ ਵੀ ਯੈਸ ਯੂ ਕੈਨ ਡੂ ਇਟ। ਉਹਨੂੰ ਵਿਚਾਰਾ ਕਹਿ ਕੇ ਉਹਦੇ ਨਾਲ ਕੋਈ ਮਤਲਬ ਸਮਝ ਲਓ ਮੈਂ ਕੀ ਗੱਲ ਕਹਿਣਾ ਚਾਹੁੰਦਾ, ਮੈਂ ਤਰਸ ਟਾਈਪ ਦੀ ਨੂੰ ਭਾਵਨਾ ਦਿਖਾਓ ਉਸ 'ਤੇ, ਉਹਨੂੰ ਸਗੋਂ ਮੋਟੀਵੇਟ ਕਰੋ ਯੈਸ ਯੂ ਕੈਨ ਡੂ ਇਟ। ਜਿਹੜਾ ਕੰਮ ਇੱਕ ਨੋਰਮਲ ਇਨਸਾਨ ਕਰ ਸਕਦਾ ਉਹ ਆਪਾਂ ਵੀ ਕਰ ਸਕਦੇ ਹਾਂ, ਉਹ ਹਰ ਕੋਈ ਕਰ ਸਕਦਾ ਹੈ ਨਾ। ਸੋ ਇਸ ਕਰਕੇ ਨਾ ਮੈਂ ਉਹ ਲੱਤ ਨਹੀਂ ਲਾਉਂਦਾ ਅਤੇ ਨਾ ਮੈਂ ਲਾਉਣੀ ਹੈ। ਹਾਂ ਇਨ ਫਿਊਚਰ ਜਾ ਕੇ ਜਦੋਂ ਜੇ ਲੱਗਿਆ ਕਦੇ ਰਿਕੁਆਇਰਮੈਂਟ ਪਈ ਤਾਂ ਮੈਂ ਉਦੋਂ ਸੋਚਾਂਗਾ, ਬਟ ਹਲੇ ਦੇਖੋ ਮੈਂ ਗੱਡੀ ਚਲਾਉਣੀ ਹੁੰਦੀ ਹੈ, ਗੱਡੀ ਵਿੱਚ ਪਹਿਲਾਂ ਆਪ ਤਾਂ ਬਹਿ ਜਾਂਗਾ, ਫਿਰ ਉਹਨੂੰ ਚੱਕ ਕੇ ਰੱਖੋ, ਬਹੁਤ ਟਫ ਨੇ ਦੋਸਤੋ। ਮੈਂ ਬਾਈਕ ਚਲਾਉਣੀ, ਸਕੂਟੀ ਚਲਾਉਣੀ ਹੈ ਨਾ, ਮੈਂ ਖੇਡਦਾ, ਮੈਂ ਕ੍ਰਿਕਟ ਖੇਡਦਾ, ਨਹੀਂ ਮੈਨੂੰ ਮਜ਼ਾ ਆਉਂਦਾ, ਮੈਂ
ਭੱਜ ਨੱਠ ਕੇ ਕੰਮ ਕਰਦਾ ਕਦੇ ਉੱਧਰ ਗਿਆ ਕਦੇ ਉੱਧਰ ਵਲੋਗ ਬਣਾਉਣੇ ਹੁੰਦੇ ਨੇ ਸੋ ਮੈਂ ਇੱਦਾਂ ਜ਼ਿਆਦਾ ਕੰਫਰਟੇਬਲ ਫੀਲ ਕਰਦਾ ਸੋ ਮੈਂ ਇਹ ਮੇਰਾ ਰੀਜ਼ਨ ਹੈ ਦੱਸਣ ਦਾ ਮੈਨੂੰ ਪਤਾ ਹੈ ਵੀ ਤੁਹਾਡੇ 'ਚੋਂ ਬਹੁਤ ਜਣੇ ਮੇਰੇ ਨਾਲ ਸਹਿਮਤ ਹੋਣਗੇ ਕਿਉਂਕਿ ਉਹੀ ਗੱਲ ਹੈ ਨਾ ਜਿਹਨੂੰ ਪਤਾ ਉਸ ਚੀਜ਼ ਬਾਰੇ ਉਹੀ ਉਹ ਦੱਸ ਸਕਦਾ ਸਾਹਮਣੇ ਵਾਲੇ ਕਹਿ ਦੇਣਗੇ ਕਈ ਜਣੇ ਕਹਿ ਦੇਣਗੇ ਮੇਰੇ ਰਿਸ਼ਤੇਦਾਰ ਨੇ ਲਾਈ ਸੀ ਜੀ ਉਹ ਤਾਂ ਠੀਕ ਹੈ ਪਰ ਹਰੇਕ ਦੀ ਨਾ ਜਿਹੜੀ ਡੇਲੀ ਐਕਟੀਵਿਟੀਜ਼ ਹੁੰਦੀਆਂ ਨੇ ਨਾ ਉਹਦਾ ਫਰਕ ਹੁੰਦਾ ਇੱਥੋਂ ਇੱਥੋਂ ਇਹ ਮੈਟਰ ਕਰਦੀ ਮੇਰੀ ਡੇਲੀ ਐਕਟੀਵਿਟੀਜ਼ ਬਹੁਤ ਜ਼ਿਆਦੀਆਂ ਨੇ ਮੈਂ ਕਦੇ ਇੱਥੇ ਆ ਕਦੇ ਕਿੱਥੇ ਮੈਂ ਭੱਜਣਾ ਬਹੁਤ ਸਹੀ ਗੱਲ ਆ ਡੇਲੀ ਐਕਟੀਵਿਟੀਜ਼ ਬਹੁਤ ਜ਼ਿਆਦਾ ਨੇ ਸ਼ਿਪੀ ਦੀਆਂ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਜੀਣ ਦਾ ਸਟਾਈਲ ਇੱਕ ਅਲੱਗ ਅਲੱਗ ਤਰੀਕੇ ਦਾ ਹੁੰਦਾ ਹੈ ਨਾ 4 ਸਾਲ ਦੀ ਏ ਸੀ ਜਦੋਂ ਐਕਸੀਡੈਂਟ ਹੋਇਆ ਸੀ ਪਰ ਸ਼ਿਪੀ ਨੇ ਉਹ 4 ਸਾਲ ਤੋਂ ਲੈ ਕੇ ਹੋਣ ਦੀ ਉਮਰ ਤੱਕ ਉਸ ਚੀਜ਼ ਨੂੰ ਅਡਾਪਟ ਕੀਤਾ ਹੋਇਆ ਪੂਰਾ ਹੈ ਨਾ ਚੰਗੀ ਤਰ੍ਹਾਂ ਕਾਲਜ ਲਾਈਫ ਸਕੂਲ ਲਾਈਫ ਜਿਵੇਂ ਨੋਰਮਲ ਅਸੀਂ ਜ਼ਿੰਦਗੀ ਜਿੰਨੇ ਉਵੇਂ ਉਹ ਵਾਲੀ ਲਾਈਫ ਜੀ ਰਹੇ ਨੇ ਸਿਰਫ ਇੱਕ ਲੈਗ ਨਹੀਂ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਕਿਸੇ ਕੋਈ ਕੰਮ ਅੜ ਰਿਹਾ ਵਾ ਹੈ ਨਾ ਸਾਰੇ ਕੰਮ ਸਮੂਥ ਹੋ ਰਿਹਾ ਜਿਵੇਂ ਅਸੀਂ ਫੋਰਨ ਕੰਟਰੀ ਹੁਣ ਅਸੀਂ ਗਏ ਸੀ ਤੁਸੀਂ ਵੇਖਿਆ ਹੀ ਹੋਣਾ ਵਾ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਜੁੜੇ ਆ ਅਸੀਂ ਜਿਵੇਂ ਅਸੀਂ ਡਰਡਲ ਟੋਰ ਗਏ ਸੀ ਕਿੰਨੀ ਨੀਚੇ ਗਏ ਸੀ ਆਪਾਂ ਪਹਾੜ ਦੇ ਥੱਲੇ ਫਿਰ ਕਿੰਨੀ ਉੱਪਰ ਆਏ ਸੀ ਸੋ ਇਹੋ ਹੀ ਗੱਲ ਆ ਵੀ ਹਰ ਇੱਕ ਦੀ ਇੱਕ ਆਪਣੀ ਆਪਣੀ ਐਕਟੀਵਿਟੀਜ਼ ਹੁੰਦੀ ਆ ਉਹਨੂੰ ਪਤਾ ਮੈਂ ਇਦਾਂ ਕੰਫਰਟ ਜ਼ੋਨ ਦੇ ਵਿੱਚ ਆ ਪਰ ਲੈਗ ਲਵਾਉਂਗਾ ਤੇ ਲੈਗ ਪਹਿਲਾਂ ਆਪਣੇ ਆਪ ਨਾਲ ਪਹਿਲਾਂ ਸਵੇਰੇ ਉੱਠਾਂਗੇ ਪਹਿਲਾਂ ਆਪਣੇ ਨਾਲ ਲੈਗ ਲਾਵਾਂਗੇ ਫਿਰ ਹੌਲੀ ਹੌਲੀ ਤੁਰਾਂਗੇ ਉਹ ਜਿਹੜੀ ਸਪੀਡ ਸ਼ਿਪੀ ਦੀ ਸੀਰੀਅਸਲੀ ਜਿਹੜੀ ਕਹਿ ਰਹੇ ਆ ਨਾ ਉਹ ਇਹਨਾਂ ਦੀ ਸਲੋ ਹੋ ਜਾਂਦੀ ਆ ਕਿਉਂਕਿ ਇਦਾਂ ਇਹ ਬਹੁਤ ਸਪੀਡ ਤੇ ਚੱਲਦੇ ਨੇ ਜਿਹੜੇ ਇਹਨਾਂ ਦੇ ਕਦਮ ਨੇ ਉਹ ਬੜੇ ਫਾਸਟ ਨੇ ਮੇਰੇ ਨਾਲੋਂ ਵੀ ਫਾਸਟ ਚੱਲਦੇ ਨੇ ਸ਼ਿਪੀ ਹੈ ਨਾ ਤੇ ਉਹੀ ਹੈ ਨਾ ਇਹਨਾਂ ਦੀ ਬੋਡੀ ਨੂੰ ਹੈਬਿਟ ਪਈ ਹੋਈ ਆ ਹਾਂ ਇਹ ਗੱਲ ਵੀ ਸਹੀ ਹੈ ਕਿ ਇਹਨ ਫਿਊਚਰ ਸ਼ਿਪੀ ਨੇ ਕਿਹਾ ਕਿ ਜੇ ਮੰਨ ਲਓ ਜਦੋਂ ਬੰਦਾ ਬਜ਼ੁਰਗ ਵਾਲੀ ਲਾਈਫ ਵਿੱਚ ਜਾਂਦਾ ਵਾ ਉਦੋਂ ਨੀਡ ਹੋਈ ਤਾਂ ਜ਼ਰੂਰ ਕਰਾਂਗੇ ਬਟ ਅਜੇ ਜਿਹੜੀ ਇੱਕ ਜਵਾਨੀ ਦੀ ਉਮਰ ਆ ਜਿਹੜੀ ਇੱਕ ਹਨਾ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜ਼ਿਆਦਾ ਕੰਫਰਟ ਜ਼ੋਨ ਲੱਗਦਾ ਤੇ ਆਪਾਂ ਮੈਂ ਸ਼ਿਪੀ ਦੇ ਨਾਲ ਬਿਲਕੁਲ ਐਗਰੀ ਕਰਦੀ ਹਾਂ ਇਸ ਚੀਜ਼ ਦੇ ਨਾਲ ਤੇ ਨਾਲ ਮੈਂ ਹੈਪੀ ਵੀ ਹਾਂ ਇਸ ਚੀਜ਼ ਦੇ ਨਾਲ ਬਿਲਕੁਲ ਸੋ ਇਸ ਕਰਕੇ ਤੁਸੀਂ ਵੀ ਅਸੀਂ ਤੁਹਾਨੂੰ ਗਲਤ ਨਹੀਂ ਕਹਿ ਰਹੇ ਤੁਸੀਂ ਵੀ ਸਹੀ ਗਾਈਡ ਕਰਦੇ ਹੋ ਆਪਣੇ ਵੱਲੋਂ ਹਨਾ ਇੱਕ ਸਹੀ ਵੀ ਕਹਿੰਦੇ ਹੋ ਵੀ ਤੁਸੀਂ ਅਲੈਗ ਲਾ ਲਓ ਤੁਹਾਡੀ ਲਾਈਫ ਸ਼ਾਇਦ ਹੋਰ ਸਮੂਥ ਹੋ ਜਾਏ ਬਟ ਤੁਹਾਨੂੰ ਅਸੀਂ ਇਹੋ ਹੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਉਸ ਤੋਂ ਬਿਨਾਂ ਜਿਹੜੀ ਲਾਈਫ ਆ ਉਹ ਜ਼ਿਆਦਾ ਸਮੂਥ ਆ ਬਿਲਕੁਲ ਬਿਲਕੁਲ ਆਪਾਂ ਦੇਖਿਆ ਵੀ ਮੈਂ ਆਹ ਫੋਨ ਫੜ ਕੇ ਮੈਂ ਤੁਰਿਆ ਫਿਰ ਰਿਹਾ ਹੁੰਦਾ ਏਅਰਪੋਰਟਾਂ 'ਤੇ ਤੁਰਿਆ ਫਿਰ ਰਿਹਾ ਜਿਵੇਂ ਕਿਰਨ ਨੇ ਗੱਲ ਦੱਸੀ ਮੈਂ ਬਾਹਰ ਜਾਂਦੇ ਹਾਂ ਨਾ ਕਿਤੇ ਵੀ ਜਾਂਦੇ ਹਾਂ ਲੇਕਿਨ ਉੱਥੇ ਜੇ ਆਪਾਂ ਜਾਵਾਂਗੇ ਪਰ ਫਿਰ ਤਾਂ ਆਪਾਂ ਮੰਨ ਲਓ ਜਿੱਥੇ 10 ਦਿਨ ਦੀ ਟ੍ਰਿਪ ਹੈ ਸਾਨੂੰ ਮਹੀਨੇ ਦੀ ਕਰਨੀ ਪਏਗੀ ਇਸ ਟ੍ਰਿਪ ਕਿਉਂਕਿ ਹੌਲੀ ਹੌਲੀ ਤੁਰਨਾ ਹੈ ਨਾ ਇੱਦਾਂ ਠੀਕ ਹੈ ਦੋਸਤੋ ਲੇਕਿਨ ਥੈਂਕ ਯੂ ਤੁਹਾਡਾ ਕੰਸਰਨ ਦਿਖਾਉਣ ਲਈ ਜਿਹੜਾ ਤੁਸੀਂ ਪਿਆਰ ਦਿਖਾਉਂਦੇ ਹੋ ਫਿਰ ਵੀ ਹੈ ਨਾ ਤੁਸੀਂ ਇਸ ਚੀਜ਼ ਬਾਰੇ ਕੰਸਰਨ ਦਿਖਾਉਂਦੇ ਹੋ ਅਤੇ ਲੰਬਾ ਹੋ ਗਿਆ ਨਾ ਇਸ ਟੋਪਿਕ ਦੇ ਉੱਪਰ ਹੈ ਨਾ ਚਲੋ ਸਾਨੂੰ ਦਿਓ ਇਜਾਜ਼ਤ ਅਤੇ ਅਸੀਂ ਹੁਣ ਰੋਟੀ ਪਾਣੀ ਛਕੀਏ ਅਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਮੈਚ ਵੀ ਦੇਖਣਾ ਅਤੇ ਬਾਏ 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 ਬਾਏ।